ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿ ਸ਼੍ਰੀ ਅਕਾਲ ਜੀ, ਜਸ ਟੀ ਵੀ ਦੇਖ ਰਹੇ ਸਰਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਅੱਜ ਗੁਰਬਾਣੀ ਦੇ ਇਸੇ ਵਾਕ ਅਨੁਸਾਰ ਯੂਨਾਈਟਿਡ ਸਿੱਖ ਸੰਸਥਾ ਕਿਸਾਨਾਂ ਦੀ ਬਾਂਹ ਫੜਨ ਦੇ ਲਈ ਅੱਗੇ ਆਈ ਹੈ। ਕਿਸਾਨਾਂ ਦੀ ਮਦਦ ਕਰਨ ਦੇ ਲਈ ਖਾਦ ਦਿੱਤੀ ਜਾ ਰਹੀ ਹੈ। ਪਿਛਲੇ ਸਮੇਂ ਜਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਲਗਾਤਾਰ ਜਿਹੜੇ ਹੜ੍ਹ ਦੇ ਕਾਰਨ ਲੋਕਾਂ ਦੀ ਸਥਿਤੀ ਬੇਹਾਲ ਹੋ ਗਈ ਸੀ, ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਸਨ, ਅਤੇ ਉੱਥੇ ਉਸੇ ਸਥਿਤੀ ਨੂੰ ਸੁਧਾਰਨ ਦੇ ਲਈ, ਕਿਸਾਨਾਂ ਦੀ ਬਾਂਹ ਫੜਨ ਦੇ ਲਈ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ ਅੱਜ ਖਾਦ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਅਤੇ ਇਸੇ ਬਾਬਤ ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰਾਂ ਦੇ ਨਾਲ ਅਤੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਰਾਹਤ ਦੇਣ ਦਾ ਉਪਰਾਲਾ ਇਸ ਸੰਸਥਾ ਦੇ ਵੱਲੋਂ ਕੀਤਾ ਜਾ ਰਿਹਾ ਹੈ। ਯੂਨਾਈਟਿਡ ਸਿੱਖਸ ਉਹ ਸੰਸਥਾ ਹੈ ਜੋ ਕਾਫੀ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ਤੇ ਮਾਨਵਤਾ ਦੀ ਸੇਵਾ ਦੇ ਨਿਸ਼ਕਾਮ ਕਾਰਜਾਂ ਲਈ ਜਾਣੀ ਜਾਂਦੀ ਹੈ। ਸਮੇਂ ਸਮੇਂ ਤੇ ਯੂਨਾਈਟਿਡ ਸਿੱਖ ਸੰਸਥਾ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਸਾਹਮਣੇ ਆਈ ਹੈ। ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਪ੍ਰਭਾਵਿਤ ਹੋਏ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਸਵਾਰਨ ਅਤੇ ਮੁੜ ਲੀਹ ਤੇ ਲਿਆਉਣ ਲਈ ਯੂਨਾਈਟਿਡ ਸਿੱਖ ਸੰਸਥਾ ਨੇ ਆਪਣਾ ਵੱਡਾ ਯੋਗਦਾਨ ਪਾਇਆ ਹੈ। ਇਸੇ ਲੜੀ ਦੇ ਵਿੱਚ ਯੂਨਾਈਟਿਡ ਸਿੱਖਸ ਦੀ ਟੀਮ ਵੱਲੋਂ ਕਪੂਰਥਲਾ, ਰੋਪੜ, ਜਲੰਧਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਸਕੀਮ ਤਹਿਤ ਕਣਕ ਦੀ ਬਿਜਾਈ ਲਈ ਖਾਦ ਵੰਡੀ ਗਈ, ਜੋ ਲਗਭਗ 10,000 ਏਕੜ ਜ਼ਮੀਨ ਨੂੰ ਲਾਭ ਪਹੁੰਚਾਏਗੀ। ਇਹ ਖਾਦ ਪਿੰਡ ਮਹਿਰਾਜ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਤੋਂ ਵੰਡੀ ਗਈ। ਇਸ ਮੌਕੇ ਉੱਘੇ ਕਲਾਕਾਰ ਗੁਰਪ੍ਰੀਤ ਕੁੱਗੀ ਅਤੇ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਜਸਮੀਤ ਸਿੰਘ ਮੌਜੂਦ ਸਨ। ਯੂਨਾਈਟਿਡ ਸਿੱਖਸ ਦੇ ਇਸ ਰਾਹਤ ਪ੍ਰੋਜੈਕਟ ਦੀ ਦੇਖਰੇਖ ਪਰਮਿੰਦਰ ਸਿੰਘ ਅਤੇ ਗੁਰਬਖਸ਼ ਸਿੰਘ ਵੱਲੋਂ ਕੀਤੀ ਗਈ। ਸਾਡੇ ਨਾਲ ਕੁਝ ਕਿਸਾਨ, ਹੜ੍ਹ ਪੀੜਤ ਕਿਸਾਨ ਮੌਜੂਦ ਨੇ। ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਹਾਲਾਤਾਂ ਨੂੰ ਨਜਿੱਠਿਆ ਹੈ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ, ਅਤੇ ਨਾਲ ਦੀ ਨਾਲ ਇਹਨਾਂ ਕਿਸਾਨਾਂ ਦੇ ਵੱਲੋਂ ਜਿਹੜੀ ਹੈ ਉਹ ਸਰਕਾਰਾਂ ਤੱਕ ਕਿੰਨੀ ਕੁ ਪਹੁੰਚ ਕੀਤੀ ਹੈ, ਹਾਲਾਂਕਿ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਕਸ਼ਮੀਰ ਸਿੰਘ। ਅੱਛਾ, ਕਸ਼ਮੀਰ ਸਿੰਘ ਜੀ, ਕਿਹੜੇ ਜ਼ਿਲ੍ਹੇ ਤੋਂ ਆਏ ਹੈਗੇ ਆ ਅਤੇ ਕਿਹੜੇ ਪਿੰਡ ਤੋਂ ਆ? ਕਪੂਰਥਲਾ ਜ਼ਿਲ੍ਹਾ, ਛਾਲਾ ਨੱਕੀ। ਅੱਛਾ, ਅੱਜ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ ਤੁਹਾਨੂੰ ਖਾਦ ਦਿੱਤੀ ਜਾ ਰਹੀ ਹੈ, ਕਿੰਨਾ ਕੁ ਨੁਕਸਾਨ ਉਹ ਹੋ ਗਿਆ ਸੀ ਜਦੋਂ ਹੜ੍ਹ ਆਏ ਸੀਗੇ? ਹੜ੍ਹ ਆਏ ਸਾਡੀ ਜ਼ਮੀਨ ਦੇ 5 ਫੁੱਟ ਤੋਂ ਲੈ ਕੇ 6 ਫੁੱਟ, ਅਤੇ ਜਿਹੜੀ ਨੀਵੀਂ ਜ਼ਮੀਨ ਆ ਉਹਦਾ 10 ਤੋਂ 11 ਫੁੱਟ ਤੱਕ ਪਾਣੀ ਰਿਹਾ। ਅੱਛਾ। ਅਤੇ ਜੋ ਵੀ ਫਸਲਾਂ ਸਾਡੀਆਂ ਤਬਾਹ ਹੋ ਗਈਆਂ, ਕੁਝ ਮਕਾਨ ਵੀ ਡਿੱਗੇ, ਡੰਗਰਾਂ ਦਾ ਵੀ ਨੁਕਸਾਨ ਹੋਇਆ। ਜਾਨੀ ਨੁਕਸਾਨ ਸਾਡੇ ਇਲਾਕੇ 'ਚ ਕੁਝ ਘੱਟ ਹੋਇਆ, ਹੋਰ ਨਹੀਂ ਹੋਇਆ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਜਾਨੀ ਨੁਕਸਾਨ ਬੜਾ ਘੱਟ ਹੋਇਆ। ਮਾਲੀ ਨੁਕਸਾਨ ਤਾਂ ਬਹੁਤ ਹੀ ਜ਼ਿਆਦਾ, ਸਾਡਾ ਬਿਲਕੁਲ ਸਾਡੇ ਕੋਲ ਕੁਛ ਨਹੀਂ ਰਿਹਾ। ਤੂੜੀਆਂ ਵੀ ਸਾਡੀਆਂ ਜਿਹੜੀਆਂ ਨਹੀਂ ਉਹ ਵੀ ਪਾਣੀ ਨੇ ਰੋੜ ਕੇ ਲੈ ਗਿਆ, ਜਿਹੜੀਆਂ ਕਿ ਅਸੀਂ ਡੰਗਰਾਂ ਵਾਸਤੇ ਪਾਉਣੀਆਂ ਸੀ। ਸਾਡੇ ਕੋਲ ਕੋਈ ਵੀ ਕਿਸੇ ਕਿਸਮ ਦੀ ਚੀਜ਼ ਨਹੀਂ ਰਹੀ। ਅੱਛਾ, ਜੇ ਖਾਦ ਵੰਡੀ ਜਾ ਰਹੀ ਹੈ, ਕਿੰਨੀ ਕਿੰਨੀ ਖਾਦ ਤੁਹਾਨੂੰ ਦਿੱਤੀ ਜਾ ਰਹੀ ਹੈ? ਇਹ ਯੂਨਾਈਟਿਡ ਸਿੱਖ ਸੰਸਥਾ ਨੇ ਸਾਨੂੰ 1 ਬੋਰੀ ਯੂਰੀਆ ਦੀ ਕਿੱਲੇ ਮਗਰ ਦੇਣੀ ਕੀਤੀ ਆ ਅਤੇ ਦੇ ਰਹੇ ਅੱਜ, ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ। ਅੱਛਾ, ਇਸ ਸੰਸਥਾ ਦੇ ਨਾਲ ਤੁਸੀਂ ਮਤਲਬ ਕਿਸ ਤਰੀਕੇ ਦੇ ਨਾਲ ਪਹੁੰਚ ਕੀਤੀ ਹੈ ਜਾਂ ਇਸ ਸੰਸਥਾ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ? ਇਹ ਜੀ, ਸਾਡੇ ਜਿਹੜੇ ਮੁਖੀ ਬੰਦੇ ਆ ਨਾ, ਉਹਨਾਂ ਨੇ ਸਾਨੂੰ ਸੰਸਥਾ ਦੇ ਨਾਲ ਜੋੜਿਆ ਅਤੇ ਅਸੀਂ ਇੱਥੇ ਪਹੁੰਚੇ ਹਾਂ। ਕਿਹੜੇ ਪਿੰਡ ਤੋਂ ਆਏ ਹੈਗੇ ਅਤੇ ਕਿਹੜੇ ਜ਼ਿਲ੍ਹੇ ਤੋਂ? ਛਾਲਾ ਨੱਕੀ ਪਿੰਡ, ਕਪੂਰਥਲਾ ਜ਼ਿਲ੍ਹਾ। ਅੱਛਾ, ਕਿੰਨੀ ਕਿੰਨੀ ਖਾਦ ਜਿਹੜੀ ਹੈ ਤੁਹਾਨੂੰ ਦਿੱਤੀ ਜਾ ਰਹੀ ਹੈ? ਨੁਕਸਾਨ ਦੇ ਹਿਸਾਬ ਦੇ ਨਾਲ ਦਿੱਤੀ ਜਾ ਰਹੀ ਹੈ ਜਾਂ ਫਿਰ ਖੇਤਾਂ ਦੇ ਹਿਸਾਬ ਦੇ ਨਾਲ? ਖੇਤਾਂ ਦੇ ਹਿਸਾਬ 'ਤੇ ਦੇ ਰਹੇ ਨੇ, ਬੋਰੀ ਬੋਰੀ ਕਿੱਲੇ ਦੀ। ਅੱਛਾ, ਤੁਹਾਨੂੰ ਬੋਰੀ 1 ਕਿੱਲੇ ਦੀ ਮਿਲੀ ਹੈ? ਹਾਂਜੀ, 1 ਬੋਰੀ ਕਿੱਲੇ ਦੀ। ਜਿਹੜੀ ਖਾਦ ਦਿੱਤੀ ਜਾ ਰਹੀ ਹੈ ਹੁਣ ਇਸ ਵਕਤ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ, ਤੁਹਾਡੀ ਪਸੰਦ ਮੁਤਾਬਿਕ ਹੈਗੀ ਹੈ ਸਾਰਾ ਕੁਛ? ਹਾਂਜੀ, ਖੁਸ਼ ਹੋ? ਖੁਸ਼ ਖੁਸ਼। ਇਹ ਜੀ ਸਹੂਲਤ ਸਾਨੂੰ ਬੋਰਾ ਬੋਰਾ ਕਿੱਲੇ ਬਾਰੇ ਦਿੰਦੇ ਆ, ਸਾਨੂੰ ਇੰਨਾ ਹੀ ਬਹੁਤ ਆ ਜਿਹੜਾ ਵੀ ਸਾਡੀ ਹੈਲਪ ਕੀਤੀ ਇਹਨਾਂ ਨੇ ਸਾਨੂੰ ਜੀ। ਬਹੁਤ ਰਾਹਤ ਮਿਲ ਰਹੀ, ਇੰਨਾ ਹੀ ਬੜਾ ਵਾ ਜਿਹੜੀ ਸਾਨੂੰ ਬੋਰੀ ਮਿਲ ਰਹੀ ਆ, ਇਹ ਵੀ 10 ਬੋਰੀਆਂ ਵਰਗੀ ਆ ਜੀ।
जिस तरीके दे नाल यूनाइटेड सिख संस्था दे वल्लों एक वड्डी पहल की जा रही है, कितना कितने किसानों इस दा लाभ मिलता दिखाई दे रहा है, किसानों दे वल्लों संतुष्टि जाहिर की जा रही है, ते नाल दी नाल जिहड़ा सरकारां दे नाल भी शिकवा किसानों ने जरूर जताया कि जिथे सरकारां अगे ना आ सकियां यूनाइटेड सिख संस्था ने वो करके दिखाया, सरकारां नूं भी इस संस्था तो सीखण की लोड़ है। यूनाइटेड सिख संस्था के वलों खाद दी जा रही है, जो हड़ आए थे काफ़ी वड्डा नुकसान होया सी कई जिले का, तो उन्होंने जिले के वो जो हड़ पीड़ित ने उन्होंने राहत दी जा रही है, खाद के नाल कितनी राहत महसूस कर रहे हो? खाद के नाल बहुत वधिया राहत महसूस करते हैं, जिहड़ियां सरकारां ने चीज़ां देनियां है ना, अजे तक सरकार नूं कोई हमायत नहीं पहुँची। जिहड़ा सिख यूनाइटेड वल्लों ये बहुत वधिया हमायत आई आ, हरेक एरिए दे विचों जिहड़ा हड़ प्रभावित एरिया है प्रभावित उन्होंने हरेक बंदे जी खाद जी हरेक बंदे किले मगर पहुँच रही है, पटवारियों तो लिस्टा पहुँच लैके पहुँच रही है। अच्छा, तुहानू किवें पता लग्या भी अज इत्थे खाद मिल रही है, ज किस तरीके दे नाल, क्योंकि काफ़ी वड्डी गिणती दे विच किसान वीर इत्थे पहुँचे हुए ने, किस तरीके दे नाल पता लग्या? सानू ये सरपंच जी दे घरे लथे आ करवंत सिंह ने, इन्हें फोन किया भी इदा खाद वंडनी आ, भी सिख यूनाइटेड वल्लों खाद आई आ, तो आप वंडनी सारे पिंडा च वधिया तरीके, तो वह भी इत्थे आण के मैं वेख्या, तो वो जिहड़ियां लिस्टा सी लिस्टा बहुत वधिया पटवारियों वल्लों बन के आईआं, तो उस पटवारियों के तौर पर जी वंटी जानी आ, तो बहुत वधिया वा। अच्छा, जो हड़ आए थे तो कितना क नुकसान हो गया सीगा जिहड़े इस लागले पिंड ने जां तुहाडे खेतां दा? बहुत ज़्यादा नुकसान हरेक पिंड जिहड़ा झोना तो रहा ही नहीं, कोठियां तेड़ां पाड़ियां कोठे ढह गए, इत्थों लैके जानियां तो लैके मराए वाला वा, सरदार वाला, जलालपुर आ, गट्टा मुंडी आ, मुंडी कासू आ, गाड़ी मुंडी चोलियां शहरियां मढाला छन्ना, इस तो अगले अपने लंघ जाइदा अपने मढाला मढाला दुकान नसीरपुर किलीवाड़ा, इधर सारे नुकसान गिदड़ पिंडी वाले नुकसान, जो हूँ 60-65 हज़ार का किला झोना निकलता सी, इस टाइम तो वो सफाई हो गई आ, तो जिहड़ा किसानां दे आ इन्हां दे ते गांव वाला ये बहुत औखा वा, जिहड़ा सरकार ने देना है मुआवजा अज तक वो कोई ऐलान नहीं किया, ये ढाडी मेहरबानी है सिख यूनाइटेड की, जिहड़ा इत्थे आण के आ जिहड़ा राहत पहुँचाउंदे आ लोकां तक, जिहड़ा भी खाद पाउण जोगे हो जाण। एक विशेष उपराला हैगा, किवें राहत महसूस कर रहे हो? अभी बहुत वधिया करते जी, बहुत वधिया जनरेटर वाले जिहड़े दे रहे जी, तो सानू राह दे रहे हैं, तुसीं तुहाडा बहुत धन्नवाद, तो हर एक बंदे नू हर एक जिमीदार नू जिन्हां दीआं पैलियां वा उन्हां नू मिलूगी। मेरा मुंडी कसू पिंड है जी, साढ़े पानी जिहड़ा जा 7-8 फुट के करीब पानी लगा। अच्छा। हाँ जी, फर्श बह गए, मकानां नू तेड़ां आ गईआं, तो इस तरह जी बहुत ज़्यादा नुकसान होया जी। अज यूनाइटेड सिख संस्था के वलों जी विशेष उपराला किया जा रहा है, खाद वंडी जा रही है, किवें देख रहे हो उपराले? असी बहुत धन्यवाद करते हैं जी, जद जद भी जदों तो पानी आया जिन्ने लोगों ने इत्थे आण के मदद दिती है, उहदा कोई मैं कहिए भी किसी शब्दों के विच असी उन्हां दा मुल कर दीए जां किसी शब्दों के नाल उन्हां दी करनी नूं बयान कर दीए, ये बहुत वड्डा पुन्न आ, बहुत वड्डी गल आ। सो यूनाइटेड सिख का नेशन असी इन्हों का सारे का बहुत धन्यवाद करते हैं कि जिस इलाके कोई नहीं सी वड़दा अज तुसी खाद लेके पहुँचे हो, ये गुरु महाराज की रहमत आ, सच्चे पातशाह तुहानू होर बरकत देवे ताकि तुसी इदां दे परउपकारी कार्ज करते रहो, दान उत्थे ही फलदा जिथे उहदी लोड़ हुंदी है, तो इस समय इस इलाके नू बहुत वड्डी लोड़ है। अच्छा गुरप्रीत, जिहड़े इस वंड प्रक्रिया दे विच किस तरीके दे नाल किसानां नूं तुसीं वंड कर रहे हो खाद दी? वीर, असीं पिंड वार वंड कर रहे हां, ते जाने कि साडे कोल सारी लिस्ट बनी हुई हैगी है, ते किसानां दे वी किन्ने एकड़ बर्बाद हुई है उहदी लिस्ट है साडे कोल प्रोपर। अच्छा, वो जिहड़ी लिस्ट तुसीं कह रहे हो भी किन्ने एकड़ जां कह लईए किसानां दा नुकसान दे हिसाब दे नाल भरपाई कर रहे हैगे आ, जिहड़ी लिस्ट हैगी है जां जिहड़ा नुकसान होया उहदी लिस्ट किवें तैयार की गई, अनुमान किस तरह लगाया गया जी? पहला तो जी असी पटवारी साहब नूं मिले, उन्हां तों जाने कि जो जाने कि उन्होंने लिस्ट तैयार की सी, उन्हां तों लिस्ट लई, फिर असी पिंड पिंड जाके किसानां तों जाने कि जिवें अपने सरपंच साहब हुंदे ने, नंबरदार साहब हुंदे ने, उन्हां नूं नाल लिया पिंड पिंड जाके असी जाने कि जो नुकसान होया सी सारयां दा कल्ले कल्ले जाने कि घर जाके उह किता।
ਜੇਕਰ ਇਸ ਤੋਂ ਬਾਅਦ ਵੀ ਕੋਈ ਕਿਸਾਨ ਰਹਿ ਜਾਂਦਾ ਹੈ, ਕਿਸੇ ਦਾ ਨਹੀਂ ਪਤਾ ਲੱਗਦਾ, ਉਹ ਕੋਈ ਰਾਹਤ ਲੈਣਾ ਚਾਹੁੰਦਾ ਹੈ, ਫਿਰ ਉਹ ਕਿਸ ਤਰੀਕੇ ਦੇ ਨਾਲ ਪਹੁੰਚ ਕਰ ਸਕਦਾ? ਹਾਂਜੀ, ਉਹ ਸਾਨੂੰ ਜਿਵੇਂ ਅੱਜ ਵੀ ਕੁਝ ਕਿਸਾਨ ਆਏ ਨੇ ਸਾਡੇ ਕੋਲ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਂ ਨਹੀਂ ਸੀਗਾ, ਅਸੀਂ ਉਹ ਵੀ ਪਤਾ ਕਰ ਰਹੇ ਹਾਂ। ਜਿਵੇਂ ਸਾਡੀਆਂ ਪਟਵਾਰੀ ਕੋਲੋਂ ਵੀ ਅਸੀਂ ਲਿਸਟਾਂ ਲਿੱਤੀਆਂ ਨੇ, ਸਟੇਟੀਆਂ ਦੇ ਵਿੱਚੋਂ ਵੀ ਲਿਸਟਾਂ ਲਿੱਤੀਆਂ ਨੇ, ਉਹਦੇ ਹਿਸਾਬ ਨਾਲ ਅਸੀਂ ਵੀ ਉਹ ਵੀ ਰੱਖਿਆ ਵੀ ਕੋਈ ਕਿਸਾਨ ਰਹਿ ਨਾ ਜਾਵੇ, ਕਿਉਂਕਿ ਜੇ ਕੋਈ ਕਿਸਾਨ ਰਹਿ ਜਾਂਦਾ ਵੀ ਰੋਸ ਪੈਦਾ ਹੋ ਜਾਂਦਾ ਵੀ ਸਥਾਨਤਾ ਨੇ ਸਾਨੂੰ ਵੀ ਛੱਡ ਦਿੱਤਾ, ਵੀ ਹੋਰ ਬੰਦਿਆਂ ਨੂੰ ਜਿਹੜੇ ਵੱਡੇ ਲੋਕ ਨੇ ਜਾਂ ਵੱਡੇ ਕਿਸਾਨ ਨੇ ਵੀ ਉਹਨਾਂ ਨੂੰ ਦੇ ਦਿੱਤਾ ਵੀ ਗਰੀਬ ਕਿਸਾਨ ਰਹਿ ਨਾ ਜਾਵੇ। ਅਸੀਂ 2 ਏਕੜ ਤੋਂ ਲੈ ਕੇ 1 ਏਕੜ ਤੋਂ ਲੈ ਕੇ ਹਰ ਇੱਕ ਕਿਸਾਨ ਦਾ ਜਿਹੜਾ ਅਸੀਂ ਮੂਹਰੇ ਅੱਗੇ ਰੱਖਿਆ ਜੀ। ਅੱਛਾ, ਇਹ ਰਾਹਤ ਦਾ ਕਾਰਵਾ ਹੋਰ ਕਿੰਨੇ ਦਿਨ ਤੱਕ ਚੱਲਦਾ ਰਹੇਗਾ ਇੱਥੇ ਜਲੰਧਰ ਦੇ ਵਿੱਚ? ਹਾਂਜੀ, ਪਹਿਲਾਂ ਵੀ ਅਸੀਂ ਜਿਹੜੇ ਇੱਥੇ ਮੈਡੀਕਲ ਕੈਂਪ ਸਾਡੇ 34 ਮੈਡੀਕਲ ਕੈਂਪ ਲਾਏ ਨੇ, ਅਤੇ ਉਸ ਤੋਂ ਬਾਅਦ ਹਾਂਜੀ ਇਸ ਖੇਤਰ ਦੇ ਵਿੱਚ ਅਸੀਂ 34 ਮੈਡੀਕਲ ਕੈਂਪ ਲਾਏ ਨੇ। ਜਿਵੇਂ ਛੋਟੇ ਬੱਚਿਆਂ ਨੂੰ ਜਿਹੜਾ ਦੁੱਧ ਹੈ ਅਸੀਂ ਉਹ ਵੀ ਪਹੁੰਚਦਾ ਕੀਤਾ, ਜਿਵੇਂ ਜਿਵੇਂ ਇਹਨਾਂ ਦੀਆਂ ਜ਼ਰੂਰਤਾਂ ਹੋਣੀਆਂ ਉਹ ਅਸੀਂ ਲੰਮੇ ਸਮੇਂ ਤੱਕ ਜਿੰਨਾ ਟਾਈਮ ਲੱਗੇਗਾ ਅਸੀਂ ਉਹ ਪੂਰੀਆਂ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਨਾਈਟਿਡ ਸਿੱਖ ਸੰਸਥਾ ਦਾ ਅਸੀਂ ਤਹਿ ਦਿਲੋਂ ਸਾਰੀ ਸੰਗਤ ਧੰਨਵਾਦ ਕਰਦੇ ਹਾਂ ਕਿ ਦੇਖੋ ਪਰਮਾਤਮਾ ਵੱਲੋਂ ਜਾਂ ਕੁਛ ਸਰਕਾਰਾਂ ਦੀਆਂ ਊਣਤਾਈਆਂ ਵੱਲੋਂ ਬੰਨ ਦੀ ਰਿਪੇਅਰ ਨਾ ਕਰਨਾ, ਫਲੱਡ ਇੰਨਾ ਜ਼ਬਰਦਸਤ ਆਇਆ, 11-12 ਫੁੱਟ ਪਾਣੀ ਭਰ ਗਿਆ ਖੇਤਾਂ 'ਚ, ਘਰ ਡੁੱਬ ਗਿਆ ਲੋਕਾਂ ਦੇ, ਅਤੇ ਅੱਜ ਯੂਰੀਆ ਖਾਦ ਲੈ ਕੇ ਆਏ ਨੇ ਯੂਨਾਈਟਿਡ ਸਿੱਖ ਵਾਲੇ। ਹੋਰ ਫਿਰ ਇਹਨਾਂ ਨੂੰ ਬੇਨਤੀਆਂ, ਚਲੋ ਅਸੀਂ ਰਿਕੁਐਸਟ ਕਰਾਂਗੇ ਵੀ ਇਲਾਕਾ ਰੋੜ ਚੁੱਕਾ, ਹੋਰ ਵੀ ਬਾਂਹ ਫੜ ਰਹੇ ਆ ਇਹਨੂੰ, ਮਤਲਬ ਕੋਈ ਇੰਨਾ ਸ਼ਲਾਘਾਯੋਗ ਕਦਮ ਆ ਵੀ ਇਹਦੀ ਸ਼ਬਦਾਂ ਨਾਲ ਮਤਲਬ ਤੋਲਿਆ ਨਹੀਂ ਜਾ ਸਕਦਾ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਯੂਨਾਈਟਿਡ ਸਿੱਖ ਵਾਲਿਆਂ ਦਾ। 2 ਮਹੀਨੇ ਹੋ ਗਏ ਇਹਨਾਂ ਨੂੰ ਫਿਰਦੇ ਨੇ, ਇਹਨਾਂ ਨੇ ਪੂਰਾ ਤਹਿ 'ਤੇ ਜਾ ਕੇ ਵੀ ਪੂਰਾ ਪਤਾ ਕਰਕੇ ਵੀ ਕਿਸ ਚੀਜ਼ ਦੀ ਸੰਗਤ ਨੂੰ ਲੋੜ ਆ, ਉਸ ਉਪਰਾਲੇ ਨੂੰ ਇਹਨਾਂ ਨੇ ਮਤਲਬ ਦੇਖਦਿਆਂ ਹੋਇਆ ਵੀ ਮਤਲਬ ਇਹ ਉਪਰਾਲਾ ਕੀਤਾ। ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ। ਅੱਛਾ, ਕਿਸ ਤਰੀਕੇ ਦੇ ਨਾਲ ਖਾਦ ਵੰਡੀ ਜਾ ਰਹੀ ਹੈ, ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ, ਤਰੀਕਾ ਮਤਲਬ ਕਿਸ ਤਰ੍ਹਾਂ ਇਸ ਖਾਦ ਦਾ ਜਿਹੜਾ ਹੈਗਾ ਵੰਡ ਕੀਤੀ ਜਾ ਰਹੀ? ਇਸ ਸੋਸਾਇਟੀ ਦੀਆਂ ਲਿਸਟਾਂ ਜਿਹੜੀਆਂ ਆਪਣੇ ਕਣਕ ਵਾਲੀਆਂ ਵਾ ਉਸ ਹਿਸਾਬ ਨਾਲ ਮਤਲਬ ਪੰਚਾਇਤਾਂ ਦੇ ਨਾਲ ਹੋ ਕੇ ਵੀ ਉਹ ਇਕੱਲੀ ਇਕੱਲੀ ਵੀ ਕਿੰਨੀ ਪੈਲੀ ਆ ਪਿੰਡ ਦੀ, ਕਿੰਨੀ ਜਾਇਦਾਦ ਆ, ਉਸ ਹਿਸਾਬ ਨਾਲ ਪਿੰਡ ਨੂੰ ਮਤਲਬ ਸਰਪੰਚਾਂ ਦੇ ਸਪੁਰਦ ਕਰਕੇ ਨਾਲ ਯੂਨਾਈਟਿਡ ਸਿੱਖ ਵਾਲੇ ਵੀ ਆਪਦਾ ਮਤਲਬ ਵੀਰ ਆਪ ਨਾਲ ਹੋ ਕੇ ਇਕੱਲੇ ਇਕੱਲੇ ਜਿੰਨੇ ਵਰਕਰ ਉਹਨਾਂ ਨੂੰ ਮਤਲਬ ਕਰ, ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਸਹਿਯੋਗ ਮਿਲ ਰਿਹਾ ਸਾਰੀਆਂ ਪੰਚਾਇਤਾਂ ਦਾ? ਮਿਲ ਰਿਹਾ ਜੀ, ਬਹੁਤ ਜ਼ਿਆਦਾ ਮਿਲ ਰਿਹਾ ਜੀ। ਹਾਂਜੀ, ਦੇਖੋ ਜੀ, ਇਹ ਬਹੁਤ ਸ਼ਲਾਘਾਯੋਗ ਕੰਮ ਨਾ, ਇਹਨਾਂ ਨਿਰੇ ਖਾਦਾਂ ਨਹੀਂ ਵੰਡੀਆਂ, ਸਾਡੇ ਵਿੱਚ ਇੱਦਾਂ ਦੀਆਂ ਜਥੇਬੰਦੀਆਂ ਆਈਆਂ ਜਿਨ੍ਹਾਂ ਨੇ ਗਰੀਬ ਕਿਸਾਨਾਂ ਨੂੰ ਪਸ਼ੂ ਵੀ ਦਿੱਤੇ, ਮੱਝਾਂ ਲਵੇਰੀਆਂ ਦਿੱਤੀਆਂ, ਟਰੈਕਟਰ ਵੀ ਦਿੱਤੇ, ਪਿੰਡਾਂ ਨੂੰ ਸੰਦ ਵੀ ਲੈ ਕੇ ਦਿੱਤੇ ਆ, ਕਣਕਾਂ ਦੇ ਬੀਜ ਵੀ ਦਿੱਤੇ ਆ, ਔਰ ਇੱਥੋਂ ਤੱਕ ਘਰ ਵੀ ਕਈਆਂ ਜਿਨ੍ਹਾਂ ਦੇ ਢਹਿ ਗਏ ਸੀ ਲੋਕਾਂ ਦੇ ਆਪਣੇ ਤੌਰ 'ਤੇ ਜੇਬੀ 'ਚੋਂ ਬਣਵਾ ਕੇ ਦਿੱਤੇ ਆ। ਅਸੀਂ ਇਹਨਾਂ ਦਾ ਅੱਜ ਦੀ ਧਰਤੀ 'ਤੇ ਬੈਠਿਆਂ ਤਾਂ ਬਹੁਤ ਦੂਰ ਦੀ ਗੱਲ ਆ, 5-7 ਜਨਮ ਵੀ ਲੈ ਲੈਣ ਸਾਡੇ ਵੀਰ 'ਤੇ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ, ਕਿਉਂਕਿ ਆਪਣੇ ਬੱਚੇ ਪਾਲਣ ਵਾਸਤੇ ਲੋਕ ਬਾਹਰ ਗਏ ਸੀ, ਪਰ ਫਿਰ ਵੀ ਇਹਨਾਂ ਨੇ ਸਾਡੀ ਧਰਤੀ ਨਾਲ ਇਹਨਾਂ ਦਾ ਪ੍ਰੇਮ ਹੋਣ ਕਰਕੇ ਇਹਨਾਂ ਨੇ ਸਾਡੇ ਹਮਦਰਦੀ ਭਰੇ ਲਹਿਜੇ ਦੇ ਨਾਲ ਸਾਡੇ ਦੁੱਖ ਆਪਣੇ ਪਿੰਡੇ 'ਤੇ ਹਟਾਉਣ ਵਾਸਤੇ 0 ਲੈਵਲ 'ਤੇ ਉਤਰ ਕੇ ਸਾਡੀ ਬਹੁਤ ਤਕੜੀ ਮਦਦ ਕੀਤੀ, ਔਰ ਇਹਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜਿੱਥੇ ਯੂਰੀਆ ਖਾਦ ਦੇਣ ਦਾ ਉੱਥੇ ਡਾਇਆ ਵੀ ਦਿੰਦੇ, ਇੱਦਾਂ ਹੋਰ ਵੀ ਬਹੁਤ ਸਹੂਲਤਾਂ ਦਿੱਤੀਆਂ ਲੋਕਾਂ ਨੂੰ, ਘਰੇਲੂ ਸਮਾਨ ਵੀ ਪਹੁੰਚਾਏ। ਕਿਸਾਨ ਦੱਸ ਰਹੇ ਨੇ ਕਿ ਕਾਫੀ ਵੱਡਾ ਨੁਕਸਾਨ ਹੋਇਆ ਸੀ ਅਤੇ ਹੁਣ ਖਾਦ ਦੇ ਨਾਲ ਕਿਤੇ ਨਾ ਕਿਤੇ ਭਰਪਾਈ ਕੀਤੀ ਜਾ ਰਹੀ ਹੈ, ਰਾਹਤ ਦੇਣ ਦੀ ਕੋਸ਼ਿਸ਼ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ ਕੀਤੀ ਜਾ ਰਹੀ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ ਲਗਾਤਾਰ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਖਾਦ ਵੰਡੀ ਜਾ ਰਹੀ ਹੈ, ਅਤੇ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਘੁੱਗੀ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੰਸਥਾ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਅਸਲ ਮਾਇਨੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਹੜ੍ਹ ਪੀੜਤਾਂ ਦੀ ਬਾਂਹ ਫੜੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਕਲੀਅਰ ਕਰਦਿਆਂ ਜੀ ਕਿ ਸਾਰੇ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਨੇ ਜੀ ਇੱਥੇ, ਇਹ ਪਹਿਲੀ ਔਰਗਨਾਈਜੇਸ਼ਨ ਹੋਣੀ, ਇਹਦੇ 'ਚ ਮੈਨੂੰ ਲੱਗਦਾ ਕੋਈ ਅਹੁਦਾ ਹੀ ਨਹੀਂ ਕਿਸੇ ਕੋਲ, ਕੋਈ ਵੀ ਸਾਰੇ ਸੇਵਾਦਾਰ ਨੇ, ਵਲੰਟੀਅਰ ਨੇ, ਔਰ ਇਹ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਇੱਕ ਸੋਚ ਅਤੇ ਪਹਿਰਾ ਦੇਣ ਵਾਲੇ ਲਾਈਕ ਮਾਈਂਡਡ ਬੰਦੇ ਮੈਂ ਕਹਾਂਗਾ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਏ ਨੇ ਕਿ ਪਹਿਲਾਂ ਤਾਂ ਵਾਹਿਗੁਰੂ ਕਰੇ ਕਿਸੇ ਨੂੰ ਕੋਈ ਆਫਤ ਮੁਸੀਬਤ ਆਵੇ ਨਾ, ਪਰ ਆਫਤ ਮੁਸੀਬਤ ਕਦੇ ਦੱਸ ਕੇ ਨਹੀਂ ਆਉਂਦੀ, ਉਹ ਜਦੋਂ ਆਉਂਦੀ ਹੈ ਉਦੋਂ ਆ ਜਾਂਦੀ ਹੈ, ਅਤੇ ਉਦੋਂ ਬੰਦਾ ਚੀਕ ਮਾਰਦਾ, ਇੱਕ ਕੁਰਲਾਟ ਪਾਉਂਦਾ ਕਿ ਕੋਈ ਆਵੇ ਮੈਨੂੰ ਬਚਾਵੇ, ਮੇਰੀ ਬਾਂਹ ਫੜੇ। ਔਰ ਜੇ ਅਸੀਂ ਸਿਰਫ ਸਰਕਾਰਾਂ ਦੇ ਉੱਤੇ ਨਿਰਭਰ ਕਰਕੇ ਬਹਿ ਜਾਈਏ ਤਾਂ ਉਹ ਆਵਾਜ਼ ਉੱਥੇ ਤੱਕ ਪਹੁੰਚਦੀ ਨਹੀਂ ਕਦੇ ਸਰਕਾਰਾਂ ਤੱਕ। ਸੋ ਚੰਗੀ ਗੱਲ ਹੈ ਕਿ ਗੁਰੂ ਮਹਾਰਾਜ ਨੇ ਸੋਝੀ ਬਖਸ਼ੀ, ਇਸ ਤਰ੍ਹਾਂ ਦੇ ਗਰੁੱਪ ਬਣੇ ਨੇ, ਇਸ ਤਰ੍ਹਾਂ ਦੀਆਂ ਔਰਗਨਾਈਜੇਸ਼ਨਸ ਬਣੀਆਂ ਨੇ। ਯੂਨਾਈਟਿਡ ਸਿੱਖਸ ਕੀ ਕਰਦਾ ਕਿ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਅਗਰ ਤੁਹਾਨੂੰ ਪਤਾ ਲੱਗੇ ਕਿ ਉੱਥੇ ਕਿਸੇ ਮਨੁੱਖ ਨੂੰ ਕਿਸੇ ਦੂਸਰੇ ਮਨੁੱਖ ਦੀ ਲੋੜ ਹੈ, ਤਾਂ ਸਭ ਤੋਂ ਪਹਿਲਾਂ ਪਹੁੰਚਣ ਵਾਲੀ ਔਰਗਨਾਈਜੇਸ਼ਨ ਮੈਂ ਕਹਿ ਸਕਦਾ, ਕਿਉਂਕਿ ਇਹ ਇੱਕ ਸੋਲ
ਆਰਗੇਨਾਈਜੇਸ਼ਨ ਹੈ ਜਿਹੜੀ ਇਸ ਤਰ੍ਹਾਂ ਦੀ ਜਿਹੜੀ UNO ਦੇ ਨਾਲ ਐਫੀਲੀਏਟਡ ਹੈ। ਅੱਛਾ ਜੀ, UN ਦੇ ਨਾਲ ਐਫੀਲੀਏਟਡ ਹੈਗੀ ਆ, ਅਤੇ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਇਸ ਵਕਤ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹ ਵਰਗੀ ਜਿਹੜੀ ਸਥਿਤੀ ਹੈਗੀ ਸੀ, ਕਾਫੀ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ, ਕਿਸਾਨਾਂ ਦੀ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ, ਜਿਸ ਤੋਂ ਬਾਅਦ ਹੁਣ ਖਾਦ ਵੰਡੀ ਜਾ ਰਹੀ ਹੈ, ਕਾਫੀ ਰਾਹਤ ਦੇਣ ਦੀ ਕੋਸ਼ਿਸ਼ ਹੈਗੀ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ, ਇਸ ਕੋਸ਼ਿਸ਼ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਸਿਰਫ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਕਿਸਾਨਾਂ ਦਾ, ਕਿਸਾਨਾਂ ਦੇ ਘਰਾਂ ਦਾ ਨੁਕਸਾਨ ਵੀ ਹੋਇਆ, ਕਈਆਂ ਦੇ ਘਰ ਡਿੱਗ ਪਏ, ਕਈਆਂ ਦੇ ਪਸ਼ੂ ਧਨ ਦਾ ਬਹੁਤ ਨੁਕਸਾਨ ਹੋਇਆ, ਜਾਨਵਰ ਵਿਚਾਰੇ ਬਿਮਾਰ ਹੋ ਗਏ, ਕਈਆਂ ਦੇ ਰੁੜ ਗਏ, ਮਰ ਗਏ, ਜਿਹੜੇ ਰੁੜ ਗਏ ਜਾਨਵਰ ਮਰ ਗਏ ਉਹ ਤਾਂ ਨਹੀਂ ਵਾਪਸ ਲਿਆਂਦੇ ਜਾ ਸਕਦੇ ਸੀ, ਪਰ ਜਿਹੜੇ ਜਾਨਵਰ ਬਿਮਾਰ ਪਏ ਸੀ ਉਹਨਾਂ ਨੂੰ ਟ੍ਰੀਟਮੈਂਟ ਚਾਹੀਦਾ ਸੀ। ਲੋਕ ਮੈਡੀਕਲ ਕੈਂਪ ਤਾਂ ਲਾ ਦਿੰਦੇ ਆ, ਪਰ ਮੋਸਟਲੀ ਐਨੀਮਲਸ ਦਾ ਮੈਡੀਕਲ ਕੈਂਪ ਕਦੇ ਮੈਂ ਬਹੁਤ ਘੱਟ ਸੁਣਿਆ ਹੋਏਗਾ ਜ਼ਿੰਦਗੀ 'ਚ। ਅਤੇ ਸਾਡੀ ਔਰਗਨਾਈਜੇਸ਼ਨ ਨੇ ਕੋਸ਼ਿਸ਼ ਕੀਤੀ ਕਿ ਐਨੀਮਲ ਮੈਡੀਕਲ ਕੈਂਪ ਵੀ ਲਾਏ ਜਾਣ, ਜਿਹੜੇ ਪਸ਼ੂ ਨੂੰ ਜਾਨਵਰ ਨੂੰ ਲਿਆਂਦਾ ਨਹੀਂ ਜਾ ਸਕਦਾ ਉੱਥੇ ਤੱਕ, ਘਰ ਘਰ ਜਾ ਕੇ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ, ਔਰ ਅੱਜ ਬਹੁਤ ਸਾਰੇ ਜਾਨਵਰ ਜਿਹੜੇ ਨੇ ਰਿਕਵਰੀ ਕਰਕੇ ਵਾਪਸ ਦੁੱਧ ਦੇਣ ਦੀ ਸਥਿਤੀ 'ਚ ਆ ਚੁੱਕੇ ਨੇ। ਔਰ ਇਸੇ ਤਰ੍ਹਾਂ ਮੈਡੀਕਲ ਕੈਂਪ ਲਾ ਕੇ ਜਿੱਥੇ ਲੋਕ ਡਾਕਟਰ ਤੱਕ ਨਹੀਂ ਸੀ ਪਹੁੰਚ ਸਕਦੇ, ਇਨਸਾਨ ਵੀ ਬੜੇ ਫਲੂ ਵੀ ਫੈਲਦੇ ਨੇ, ਕਈ ਤਰ੍ਹਾਂ ਦੇ ਵਾਇਰਲ ਫੈਲਦੇ ਨੇ, ਇਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਟ੍ਰੀਟਮੈਂਟ ਮਿਲੇ, ਲੋਕਾਂ ਦੇ ਘਰ ਘਰ ਜਾ ਕੇ ਦੇਖਿਆ ਗਿਆ, ਜਿਨ੍ਹਾਂ ਦੀ ਕੋਈ ਰਿਪੇਅਰ ਦੀ ਲੋੜ ਹੈ ਰਿਪੇਅਰ ਕਰਵਾਈ ਜਾ ਰਹੀ ਹੈ, ਜਿਨ੍ਹਾਂ ਨੂੰ ਨਵਾਂ ਘਰ ਪਾ ਕੇ ਦੇਣ ਦੀ ਲੋੜ ਉਹਨਾਂ ਦੇ ਨਵੇਂ ਘਰ ਵੀ ਪਾ ਕੇ ਦਿੱਤੇ ਜਾ ਰਹੇ ਨੇ। ਔਰ ਅੱਜ ਇਹ ਸਥਿਤੀ ਆ ਗਈ ਸੀ ਕਿ ਹੁਣ ਕਿਸਾਨ ਉਸ ਸਿਚੁਏਸ਼ਨ 'ਚ ਉੱਭਰ ਚੁੱਕਾ ਸੀ, ਪਾਣੀ ਵਹਿ ਚੁੱਕੇ ਨੇ ਥੱਲੇ ਜ਼ਮੀਨ 'ਚ, ਹੁਣ ਦੁਬਾਰਾ ਉਹ ਤਿਆਰੀ 'ਚ ਹੈ, ਮੈਂ ਫਸਲ ਬੀਜਾਂ, ਪਰ ਉਹਦੇ ਕੋਲ ਅੱਜ ਖਾਦ ਨਹੀਂ, ਉਹਦੇ ਕੋਲ ਅੱਜ ਪੈਸਾ ਨਹੀਂ ਹੈ ਕਿ ਖਾਦ ਲਿਆ ਕੇ ਆਪਣਾ ਕੰਮ ਅੱਗੇ ਚਲਾ ਸਕੇ। ਅਤੇ ਯੂਨਾਈਟਿਡ ਸਿੱਖਸ ਅੱਜ ਮੇਰੇ ਖਿਆਲ ਨਾਲ ਘੱਟੋ ਘੱਟ ਨਹੀਂ ਤਾਂ 10-12 ਹਜ਼ਾਰ ਬੈਗ ਅਸੀਂ ਜਿਹੜੇ ਕੁੱਲ ਮਿਲਾ ਕੇ ਅਗਰ ਕਹੀਏ ਤਾਂ 6-7 ਹਜ਼ਾਰ ਕੁਇੰਟਲ ਅੱਜ ਖਾਦ ਜਿਹੜੀ ਹੈ ਉਹ ਡਿਫਰੈਂਟ ਏਰੀਆਜ਼ ਦੇ ਵਿੱਚ ਪਹੁੰਚਾਈ ਜਾ ਰਹੀ ਹੈ, ਜਿਹਦੇ ਵਿੱਚ ਕਪੂਰਥਲਾ, ਜਲੰਧਰ, ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਦੇ ਵੀ ਕੁਝ ਪਿੰਡ ਨੇ ਜਿਨ੍ਹਾਂ ਨੂੰ ਖਾਦ ਪਿੰਡ ਪਹੁੰਚੇਗੀ, ਉੱਥੋਂ ਡਿਸਟ੍ਰੀਬਿਊਟ ਹੋਏਗੀ ਜਿਹਦੀ ਜਿੰਨੀ ਰਿਕੁਆਇਰਮੈਂਟ ਹੈ। ਅੱਛਾ, ਉੱਥੋਂ ਡਿਸਟ੍ਰੀਬਿਊਟ ਕਰਨ ਦਾ ਕੀ ਤਰੀਕਾ ਰਹੇਗਾ? ਕੀ ਆਪਣੇ ਜਿਹੜੇ ਵਲੰਟੀਅਰ ਹੈਗੇ ਨੇ ਯੂਨਾਈਟਿਡ ਸਿੱਖ ਸੰਸਥਾ ਦੇ ਉਹ ਡਿਸਟ੍ਰੀਬਿਊਟ ਕਰਨਗੇ ਜਾਂ ਫਿਰ ਪਿੰਡਾਂ ਦੇ ਸਰਪੰਚ? ਜੀ, ਬੜਾ ਵੈਲਿਡ ਕੁਐਸਚਨ ਹੈ ਜੀ। ਸਰਪੰਚ ਸਾਹਿਬ ਵਾਲਾ ਇਕੱਲਾ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਨਹੀਂ ਰੱਖਿਆ ਗਿਆ ਕਿ ਸਰਪੰਚ, ਉਹਦੇ ਵਿੱਚ ਵੀ ਜਦੋਂ ਇੱਕ ਪਿੰਡ ਦੇ ਵਿੱਚ ਇੱਕ ਥਾਂ 'ਤੇ ਡੰਪ ਹੋ ਗਈ, ਪਤਾ ਲੱਗ ਗਿਆ ਕਿ ਇੰਨੀ ਖਾਦ ਉੱਥੇ ਪਹੁੰਚ ਗਈ ਹੈ, ਸਾਡੇ ਹੀ ਵਲੰਟੀਅਰ ਜਾ ਕੇ ਪਿੰਡ ਦੀ ਉੱਥੇ ਜਿਹੜੀ ਸਾਂਝੀ ਇੱਕ ਟੀਮ ਦੇ ਨਾਲ ਬਹਿ ਕੇ, ਪੰਚਾਇਤ ਨਹੀਂ ਮੈਂ ਕਹਾਂਗਾ, ਉਹਦੇ 'ਚ ਸਾਂਝੇ ਲੋਕ ਬੈਠੇ ਹੋਣਗੇ ਔਰ ਸਾਂਝੇ ਲੋਕ ਡਿਸਾਈਡ ਕਰਨਗੇ ਕਿ ਕਿਹਨੂੰ ਕਿੰਨੀ ਖਾਦ ਦੀ ਲੋੜ ਹੈ, ਸਾਡੇ ਵਲੰਟੀਅਰ ਉਸ ਤਰੀਕੇ ਨਾਲ ਡਿਸਟ੍ਰੀਬਿਊਟ ਕਰਨਗੇ ਜੀ। ਅੱਛਾ, ਇਸ ਦੇ ਨਾਲ ਹੀ ਜੇਕਰ ਵਿਸ਼ਵ ਪੱਧਰ ਦੇ ਉੱਤੇ ਸੰਸਥਾ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ, ਕਿਸ ਤਰੀਕੇ ਦੇ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ? ਤੁਸੀਂ ਦੇਖਿਆ ਹੋਣਾ ਜੀ, ਜਿੱਥੇ ਸੁਨਾਮੀ ਦੀ ਲੋੜ ਪਈ, ਬੰਗਲਾਦੇਸ਼, ਕਿਤੇ ਇੰਡੋਨੇਸ਼ੀਆ ਵਗੈਰਾ ਜਾਂ ਹੋਰ ਕੰਟਰੀਜ਼ ਦੀ ਐਗਜ਼ਾਮਪਲ ਮੈਂ ਤੁਹਾਨੂੰ ਦਿਆਂ, ਅਤੇ ਜਿੱਥੇ ਵੀ ਲੋੜ ਪਈ ਆ ਉੱਥੇ ਯੂਨਾਈਟਿਡ ਸਿੱਖਸ ਪਹੁੰਚਿਆ। ਵਿਦਇਨ ਕੰਟਰੀ ਤਾਂ ਚਲੋ ਅਪਰੋਚੇਬਲ ਹੁੰਦਾ, ਬਹੁਤ ਜਲਦੀ ਪਹੁੰਚ ਜਾਣਾ ਹੁੰਦਾ, ਪਰ ਦੂਸਰੀਆਂ ਕੰਟਰੀਜ਼ ਦੇ ਵਿੱਚ ਕਈ ਵਾਰੀ ਵੀਜ਼ਾਸ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਫੰਡਸ ਦੀ ਪ੍ਰੋਬਲਮ ਆਉਂਦੀ, ਬਟ ਹਰ ਪ੍ਰੋਬਲਮ ਨੂੰ ਫੇਸ ਕਰਦੇ ਹੋਏ, ਹਰ ਪ੍ਰੋਬਲਮ 'ਚੋਂ ਨਿਕਲ ਕੇ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿੱਥੇ ਤੱਕ ਸ਼ਾਇਦ ਕੋਈ ਮਦਦ ਲੋਕਾਂ ਨੂੰ ਪਹੁੰਚਣ ਦੀ ਉਮੀਦ ਵੀ ਨਾ ਹੋਵੇ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੀ। ਅਤੇ ਇਸ ਸੰਸਥਾ ਦੇ ਡਾਇਰੈਕਟਰ, ਹਾਲਾਂਕਿ ਆਪਣੇ ਆਪ ਨੂੰ ਤਾਂ ਸੇਵਾਦਾਰ ਕਹਿੰਦੇ ਨੇ, ਕਾਫੀ ਵੱਡੀ ਸੇਵਾ ਵੀ ਕੀਤੀ ਜਾ ਰਹੀ ਹੈ, ਅਤੇ ਨਾਲ ਦੀ ਨਾਲ ਇਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਸੰਸਥਾ ਜਿਹੜੀ ਹੈਗੀ ਹੈ ਹੋਂਦ ਦੇ ਵਿੱਚ ਆਈ ਹੈਗੀ ਹੈ। ਇਹ ਸੰਸਥਾ ਜੀ ਹੁਣ ਸਾਨੂੰ 20 ਸਾਲ ਹੋ ਗਏ ਕੰਮ ਕਰਦਿਆਂ ਨੂੰ, ਅਤੇ ਸਾਡੇ ਜਿਹੜੇ 3 ਅਦਾਰੇ ਅਸੀਂ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਫਸਟ ਏਡ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਾਡਾ ਹੈ ਜੀ ਹਿਊਮੈਨੀਟੇਰੀਅਨ ਏਡ ਦੇ ਵਿੱਚ ਕੰਮ ਕਰਦੇ ਹਾਂ ਅਸੀਂ, ਜਿੱਥੇ ਵੀ ਕੋਈ ਆਪਦਾ ਦੀ ਘਟਨਾ ਘਟਦੀ ਹੈ, ਚਾਹੇ ਆਲ ਓਵਰ ਵਰਲਡ ਕਿੱਥੇ ਵੀ ਹੋਏਗਾ, ਤਾਂ ਅਸੀਂ ਉੱਥੇ ਪਹੁੰਚਦੇ ਹਾਂ ਅਤੇ ਜੋ ਵੀ ਚੀਜ਼ ਦੀ ਲੋੜ ਹੁੰਦੀ ਅਸੀਂ ਉੱਥੇ ਮੁਹੱਈਆ ਕਰਾਉਂਦੇ ਹਾਂ। ਅਤੇ ਦੂਸਰਾ ਜਿਹੜਾ ਸਾਡਾ ਏਰੀਆ ਆਫ ਵਰਕ ਹੈ ਉਹ ਹੈ ਲੀਗਲ। ਲੀਗਲ ਏਡ ਕਹਿਣ ਦਾ ਮਤਲਬ ਕਿ ਜਿੱਥੇ ਵੀ ਕੋਈ ਹਿਊਮਨ ਰਾਈਟ ਵਾਇਲੇਸ਼ਨ ਹੋਏਗਾ, ਅਤੇ ਹਿਊਮਨ ਰਾਈਟ ਵਾਇਲੇਸ਼ਨ ਦੇ ਉੱਪਰ ਕੀ ਅਗਰ ਭਾਵੇਂ ਕਿਸੇ ਦੇ ਵੀ ਹੱਕਾਂ ਦੀ ਲੜਾਈ ਹੈ, ਅਸੀਂ ਉਹਦੇ ਵਿੱਚ ਪੂਰੀ ਸਹਾਇਤਾ ਦਿੰਦੇ ਹਾਂ, ਲੀਗਲ ਏਡ ਪ੍ਰੋਵਾਈਡ ਕਰਦੇ ਹਾਂ। ਅਤੇ ਤੀਸਰਾ ਜਿਹੜਾ ਸਾਡਾ ਫੀਲਡ ਹੈ ਉਹ ਅਸੀਂ ਕੰਮ ਕਰਦੇ ਹਾਂ ਜੀ ਐਜੂਕੇਸ਼ਨ ਦੇ ਵਿੱਚ, ਅਤੇ ਜਿੱਥੇ ਕਿ ਅਸੀਂ ਬੱਚਿਆਂ ਨੂੰ ਜਿਹੜੇ ਕੁਛ ਅਫੋਰਡ ਨਹੀਂ ਕਰ ਸਕਦੇ ਆਪਣੀ ਪੜ੍ਹਾਈਆਂ, ਉਹਨਾਂ ਨੂੰ ਫੀਸਾਂ ਦੇ ਰਾਹੀਂ ਹੈਲਪ ਕਰਦੇ ਹਾਂ, ਭਾਵੇਂ ਕੁਛ ਕਿਤਾਬਾਂ ਦੇ ਰਾਹੀਂ ਹੈਲਪ ਕਰਦੇ ਹਾਂ, ਜਾਂ ਮੈਡੀਕਲ ਆਪਣਾ ਐਜੂਕੇਸ਼ਨਲ ਕੈਂਪਸ ਲਗਾਉਂਦੇ ਹਾਂ ਜਿੱਥੇ ਕਿ ਬੱਚਿਆਂ ਨੂੰ ਅਸੀਂ ਸਿਖਾ ਸਕੀਏ। ਅੱਛਾ, ਤੁਸੀਂ ਦੱਸਿਆ ਕਿ ਸਿੱਖਿਆ, ਸਿਹਤ ਸਹੂਲਤਾਂ, ਕਿਉਂਕਿ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਨੇ, ਸਿੱਖਿਆ ਵੀ ਚਾਹੀਦੀ ਹੁੰਦੀ ਹੈ, ਸਿਹਤ ਸਹੂਲਤਾਂ ਦੀ ਵੀ ਚਾਹੀਦੀ ਹੈ, ਵਿਸ਼ਵ ਪੱਧਰ ਦੇ ਉੱਤੇ ਇਹਨਾਂ ਸਹੂਲਤਾਂ ਸਿੱਖਿਆ ਨੂੰ ਲੈ ਕੇ ਜਾਂ ਫਿਰ ਸਿਹਤ ਸਹੂਲਤਾਂ ਦਾ ਪ੍ਰਸਾਰ ਕਿਵੇਂ ਕਰ ਰਹੇ ਹੋ? ਦੇਖੋ, ਅੱਜ ਕੱਲ੍ਹ ਤਾਂ ਤੁਸੀਂ ਦੇਖੋ ਪੰਜਾਬੀ ਬੋਲੀ ਦੇ ਉੱਪਰ ਹੀ ਤੁਸੀਂ ਦੇਖਾਂਗੇ ਤਾਂ ਬੜਾ ਹੀ ਜ਼ਿਆਦਾ ਅੱਜ ਕੱਲ੍ਹ ਵਿਤਕਰਾ ਸਾਰਿਆਂ ਦੇ ਵਿੱਚ ਫੈਲਿਆ ਹੋਇਆ, ਅਤੇ
ਤਾਂ ਮੈਨੂੰ ਲੱਗਦਾ ਕਿ ਅਸੀਂ ਇਹੀ ਬਹੁਤ ਵੱਡੀ ਅਸੀਂ ਆਪਣਾ ਵਿਰਾਸਤ ਸੰਭਾਲ ਲਈ ਹੈ ਅਤੇ ਅਗਰ ਅਸੀਂ ਇਸ ਤਰ੍ਹਾਂ ਦੇ ਕੈਂਪਸ ਲਗਾਈਏ ਜਿੱਥੇ ਕਿ ਆਲ ਓਵਰ ਮਤਲਬ ਬਾਹਰ ਦੇਸ਼ਾਂ ਦੇ ਵਿੱਚ ਵੀ ਦੇਖੀਏ ਤਾਂ ਅਸੀਂ ਕੈਂਪਸ ਲਗਾਉਂਦੇ ਜਿੱਥੇ ਪੰਜਾਬੀ ਨੂੰ ਪੰਜਾਬੀ ਸਿਖਾਉਂਦੇ ਹਾਂ ਬੱਚਿਆਂ ਨੂੰ ਅਤੇ ਇੱਥੇ ਵੀ ਅਸੀਂ ਸਿਕਲੀ ਘਰ ਦੇ ਜਿਹੜੇ ਬੱਚੇ ਹੋ ਗਏ ਜਾਂ ਹੋਰ ਗਰੀਬ ਪਰਿਵਾਰ ਹੋ ਗਏ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਕਿ ਜਿਨ੍ਹਾਂ ਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲ ਪਾ ਰਹੀ ਅਤੇ ਜਿਸ ਕਰਕੇ ਉਹ ਅੱਗੇ ਨਹੀਂ ਵੱਧ ਪਾ ਰਹੇ ਅਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਬੱਚਿਆਂ ਨੂੰ ਵੀ ਇਸ ਲੈਵਲ 'ਤੇ ਲੈ ਕੇ ਆਇਆ ਜਾਏ ਜਿੱਥੇ ਕਿ ਮਤਲਬ ਉਹ ਦੂਜੇ ਸਮਾਜ ਦੇ ਬੱਚਿਆਂ ਨਾਲ ਵੀ ਮਿਲ ਕੇ ਆ ਕੇ ਖੜ੍ਹੇ ਹੋ ਸਕਣ। ਅੱਛਾ, ਇਸ ਦੇ ਨਾਲ ਹੀ ਜਿਹੜੇ ਲੋੜਵੰਦ ਪਰਿਵਾਰ ਹੈਗੇ ਨੇ, ਸੰਸਥਾ ਉਹਨਾਂ ਤੱਕ ਪਹੁੰਚ ਕਿਵੇਂ ਕਰਦੀ? ਸਾਡੇ ਵਲੰਟੀਅਰਸ ਦੀ ਬਹੁਤ ਮਿਹਨਤ ਹੈ ਜੀ ਇਹਦੇ ਵਿੱਚ ਕਿ ਜਦੋਂ ਤੋਂ ਹੜ੍ਹ ਆਇਆ ਸੀ ਤਦ ਹੁਣ ਅਗਰ ਆਪਾਂ ਪੰਜਾਬ ਦੇ ਹੜ੍ਹ ਦਾ ਐਗਜ਼ਾਮਪਲ ਲਈਏ ਕਿ ਇਨੀਸ਼ੀਅਲ ਡੇਜ਼ ਦੇ ਵਿੱਚ ਜਦੋਂ ਪਾਣੀ ਖੜਾ ਹੁੰਦਾ ਮਤਲਬ ਲੋਕਾਂ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ, ਫਿਰ ਵੀ ਸਾਡੇ ਜਿਹੜੇ ਵਲੰਟੀਅਰਸ ਹੈਗੇ ਲੋਕਾਂ ਤੱਕ ਪਹੁੰਚੇ, ਜਿੱਥੇ ਤੱਕ ਉਹਨਾਂ ਦੀ ਰੀਚ ਮਤਲਬ ਜਾ ਸਕੇ, ਜਿੱਥੇ ਤੱਕ ਆਰਾਮ ਨਾਲ ਪਹੁੰਚ ਸਕੇ ਉੱਥੇ ਗਏ ਅਤੇ ਉੱਥੇ ਦੇਖਿਆ ਕਿ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ। ਅਤੇ ਇਨੀਸ਼ੀਅਲ ਡੇਜ਼ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਜੀ ਸਾਨੂੰ ਸੁੱਕੇ ਰਾਸ਼ਨ ਦੀ ਲੋੜ ਹੈ, ਸੁੱਕਾ ਰਾਸ਼ਨ ਪ੍ਰੋਵਾਈਡ ਕਰਾਇਆ, ਪਸ਼ੂਆਂ ਵਾਸਤੇ ਹਰਾ ਚਾਰਾ ਪ੍ਰੋਵਾਈਡ ਕਰਾਇਆ, ਜਿਵੇਂ ਭਾਈ ਸਾਹਿਬ ਨੇ ਦੱਸਿਆ ਸੀ ਕਿ ਮੈਡੀਕਲ ਕੈਂਪਸ ਲਗਾਏ ਪਸ਼ੂਆਂ ਵਾਸਤੇ ਵੀ, ਲੋਕਾਂ ਵਾਸਤੇ ਵੀ, ਇਸ ਤਰ੍ਹਾਂ ਦੇ ਹੁਣ ਘਰ ਬਣਾ ਰਹੇ ਹਾਂ ਆਪਾਂ ਅਤੇ ਇਸ ਤਰ੍ਹਾਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਅਸੀਂ ਇਹ ਉਪਰਾਲੇ ਕਰੀਦੇ ਹੈ ਅਤੇ ਜਾ ਕੇ ਆਪਾਂ ਸਰਵੇ ਕਰੀਦੇ ਹਾਂ ਅਤੇ ਦੇਖਦੇ ਹਾਂ ਕਿ ਮਤਲਬ ਕਿਸ ਕਿਸ ਨੂੰ ਲੋੜ ਹੈ ਪ੍ਰੋਪਰ, ਤਾਂ ਕਿ ਸੰਗਤ ਦਾ ਜਿਹੜਾ ਪੈਸਾ ਹੈ ਉਹ ਸਹੀ ਜਗ੍ਹਾ ਜਾ ਕੇ, ਕਿਉਂਕਿ ਸਾਰਾ ਡੋਨੇਸ਼ਨਸ ਨਾਲ ਕੰਮ ਚੱਲਦਾ, ਸਾਡੀ ਨੋਨ ਪ੍ਰੋਫਿਟ ਨੋਨ ਗਵਰਨਮੈਂਟ ਔਰਗਨਾਈਜੇਸ਼ਨ ਹੈ ਅਤੇ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਜਿਹੜਾ ਉਪਰਾਲਾ ਅਸੀਂ ਕਰ ਰਹੇ ਹਾਂ ਅਤੇ ਪਿੱਛੇ ਵੀ ਕੀਤੇ ਆ ਅਤੇ ਅੱਗੇ ਵੀ ਕਰਾਂਗੇ ਅਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਅੱਛਾ, ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਹਿੰਦਾ, ਕਿਵੇਂ ਲੋਕ ਜਦੋਂ ਤੁਸੀਂ ਮਦਦ ਕਰਦੇ ਹੋ ਤਾਂ ਉਸ ਤੋਂ ਬਾਅਦ ਲੋਕਾਂ ਦਾ ਪ੍ਰਤੀਕਰਮ ਕੀ ਰਹਿੰਦਾ, ਮਤਲਬ ਕਿਵੇਂ ਖੁਸ਼ੀ ਪ੍ਰਗਟ ਕਰਦੇ ਨੇ ਲੋਕ? ਦੇਖੋ, ਸਾਡਾ ਤਾਂ ਇਹ ਰਹਿੰਦਾ ਕਿ ਮਦਦ ਸਹੀ ਜਗ੍ਹਾ ਪਹੁੰਚ ਜਾਏ। ਅਗਰ ਤੁਸੀਂ ਦੇਖੋ ਕਿ ਜਿਸ ਬੰਦੇ ਨੂੰ ਲੋੜ ਹੈ ਅਤੇ ਉਹਦੇ ਕੋਲ ਅਗਰ ਉਹ ਮਦਦ ਪਹੁੰਚ ਗਈ ਤਾਂ ਤੁਸੀਂ ਉਹਦਾ ਮਤਲਬ ਉਹਦੀ ਖੁਸ਼ੀ ਤਾਂ ਤੁਸੀਂ ਛੱਡ ਦਿਓ, ਸਾਨੂੰ ਆਪਣੀ ਆਪ ਹੀ ਇੰਨੀ ਖੁਸ਼ੀ ਹੁੰਦੀ ਹੈ ਕਿ ਮਤਲਬ ਉਹਦੇ ਕੋਲ ਮਦਦ, ਜਿਹੜੇ ਸਹੀ ਲੋੜਵੰਦ ਸੀ ਉਹਦੇ ਕੋਲ ਮਦਦ ਪਹੁੰਚ ਗਈ, ਉਹੀ ਬਹੁਤ ਮਤਲਬ ਸਾਡੇ ਲਈ ਵੱਡੀ ਗੱਲ ਹੈ। ਬਹੁਤ ਬਹੁਤ ਧੰਨਵਾਦ ਜਸਮੀਤ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਦਾ ਨਾਮ ਬਲਜੀਤ ਸਿੰਘ ਜੋਹਲ ਹੈ ਜੀ। ਅੱਛਾ, ਸੰਸਥਾ ਦੇ ਵੱਲੋਂ ਕਾਫੀ ਵੱਡੇ ਪੱਧਰ ਦੇ ਉੱਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ, ਕਿਸ ਤਰੀਕੇ ਦੇ ਨਾਲ ਜਿਹੜੇ ਪੀੜਤ ਲੋਕ ਨੇ, ਚਾਹੇ ਕਿਸੇ ਵੀ ਖੇਤਰ ਹੋਵੇ ਚਾਹੇ ਕਿਸੇ ਵੀ ਦੇਸ਼ ਦੇ ਹੋਣ, ਪਹੁੰਚ ਕਿਵੇਂ ਕੀਤੀ ਜਾਂਦੀ ਹੈ? ਇਹ ਇੱਕ ਇਸ ਤਰ੍ਹਾਂ ਦਾ ਕੁਐਸਚਨ ਹੈ ਵੀ ਜਿਵੇਂ ਬਹੁਤ ਥਾਵਾਂ 'ਤੇ ਸਾਨੂੰ ਐਗਜ਼ਾਮਪਲ ਦੇਣਾ, ਇੱਕ ਇਰਮਾ ਆਇਆ ਸੀਗਾ ਤੂਫਾਨ, ਅਸੀਂ ਕੈਂਪ ਲੱਗੇ ਸੀ ਫਲੋਰਿਡਾ 'ਚ, ਉਸਦੇ ਨਾਲ ਹੀ ਫਿਰ ਨੌਰਥ ਕੈਰੋਲੀਨਾ 'ਚ ਲੱਗੇ ਸੀ। ਉਸ ਟਾਈਮ ਸਾਨੂੰ ਨਹੀਂ ਪਤਾ ਲੱਗਿਆ ਕਿ ਮੈਕਸੀਕੋ 'ਚ ਇੱਕ ਛੋਟੇ ਜਿਹੇ ਏਰੀਏ 'ਚ ਭੂਚਾਲ ਆਇਆ, ਉੱਥੇ ਕੁਛ ਜਿਉਂਦੇ ਬੰਦੇ ਦੱਬੇ ਹੋਏ ਸੀ ਅਤੇ ਸਾਨੂੰ UNO ਨੇ ਅਪਰੋਚ ਕੀਤਾ ਵੀ ਤੁਸੀਂ ਉੱਥੇ ਮਦਦ ਕਰੋ। ਸੋ ਮੀਡੀਆ, ਸੋਸ਼ਲ ਮੀਡੀਆ, ਆਮ ਲੋਕਾਂ ਦੀ ਅਪਰੋਚ ਜਾਂ ਫਿਰ ਸਾਨੂੰ UNO ਤੋਂ ਜਦੋਂ ਵੀ ਦੱਸਿਆ ਜਾਂਦਾ ਅਸੀਂ ਉੱਥੇ ਅਪਰੋਚ ਕਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਪਿਛਲੇ 5-6 ਸਾਲਾਂ ਤੁਸੀਂ ਜੁੜੇ ਹੋਏ ਆ, ਕੀ ਸੋਚਿਆ ਸੀ ਜਦੋਂ ਜੁੜੇ ਸੀ ਅਤੇ ਕਿਸ ਤਰੀਕੇ ਦੇ ਨਾਲ ਉਦੋਂ ਰਾਹਤ ਜਿਹੜੇ ਕਾਰਜ ਸੰਸਥਾ ਦੇ ਵੱਲੋਂ ਚਲਾਏ ਜਾਂਦੇ ਸਨ? ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸੀ ਜਦੋਂ ਗੜੇਮਾਰੀ ਹੋਈ ਸੀ, ਅਸੀਂ ਗਰਾਊਂਡ ਜ਼ੀਰੋ 'ਤੇ ਜਾ ਕੇ ਮਦਦ ਕੀਤੀ, ਖੁਦ ਫਾਈਨੈਂਸ਼ਲੀ ਵੀ ਕੀਤੀ ਅਤੇ ਇਹ ਗਰਾਊਂਡ ਜ਼ੀਰੋ 'ਤੇ ਜਾ ਕੇ ਜਿਹੜੇ ਵਲੰਟੀਅਰ ਕੰਮ ਕਰਦੇ ਆ, ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਪੈਸੇ ਦਿੰਦੇ, ਇਹ ਦੇਖ ਕੇ ਬਹੁਤ ਦਿਲ ਖੁਸ਼ ਹੋਇਆ ਵੀ ਅਸੀਂ ਜਿਵੇਂ ਗੁਰਬਾਣੀ 'ਚ ਕਿਹਾ ਵੀ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਸੀਂ ਐਵੇਂ ਨਹੀਂ ਫੁੱਲਾਂ 'ਤੇ ਨਗਰ ਕੀਰਤਨ 'ਤੇ ਵੇਸਟ ਕਰਨ ਦੀ ਬਜਾਏ ਅਸੀਂ ਖੁਦ ਜਿੱਥੇ ਚਾਹੀਦਾ ਪੈਸਾ ਉੱਥੇ ਲੱਗਦਾ ਦੇਖ ਕੇ ਇਹਨਾਂ ਦੇ ਨਾਲ ਜੁੜੇ ਹਾਂ ਅਤੇ ਸਦਾ ਜੁੜੇ ਰਹਾਂਗੇ।